ਕੇਜਰੀਵਾਲ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ। ਅਰਵਿੰਦ ਕੇਜਰੀਵਾਲ ਜੀ ਡਰੇ ਨਹੀਂ। ਅਰਵਿੰਦ ਕੇਜਰੀਵਾਲ ਜੀ ਨੂੰ ਝੁਕਾਉਣ ਦੀ ਕੋਸ਼ਿਸ਼ ਕੀਤੀ, ਅਰਵਿੰਦ ਕੇਜਰੀਵਾਲ ਜੀ ਝੁਕੇ ਨਹੀਂ। ਅਰਵਿੰਦ ਕੇਜਰੀਵਾਲ ਜੀ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ, ਉਹਨਾਂ ਦਾ ਇੱਕ ਵੀ ਸਿਪਾਹੀ ਵਿਕਿਆ ਨਹੀਂ। ਸੋ ਮਾਣਯੋਗ ਮੁੱਖ ਮੰਤਰੀ ਸਾਹਿਬ, ਅਸੀਂ ਤੁਹਾਨੂੰ ਗਰੰਟੀ ਦਿੰਦੇ ਹਾਂ, ਇਹ ਸਾਡੀ ਵੀ ਗਰੰਟੀ ਲੈ ਲਓ ਕਿ ਹਰੇਕ ਸਿਪਾਹੀ ਆਮ ਆਦਮੀ ਪਾਰਟੀ ਦਾ ਕੀ MLA ਕੀ ਮੰਤਰੀ ਤੁਹਾਡੇ ਨਾਲ, ਤੁਹਾਡੇ ਨਾਲ, ਤੁਹਾਡੀ ਸੋਚ ਦੇ ਨਾਲ, ਅਰਵਿੰਦ ਕੇਜਰੀਵਾਲ ਦੀ ਸੋਚ ਦੇ ਨਾਲ, ਔਰ ਆਪਾਂ ਇਸ ਦੇਸ਼ ਦੇ ਵਿੱਚੋਂ ਕਰਪਸ਼ਨ ਦਾ ਜੜ ਪੁੱਟ ਕੇ ਫਿਰ ਸਾਹ ਲਵਾਂਗੇ, ਕਰਪਸ਼ਨ ਦੀ ਜੜ ਪੁੱਟ ਕੇ ਫਿਰ ਆਪਦੇ ਆਪਦੇ ਕੰਮ ਲੱਗ ਜਾਂਗੇ। ਕੋਈ ਲੋੜ ਨਹੀਂ ਸਾਨੂੰ, ਇਹ ਤਾਂ ਰਾਜਨੀਤੀ ਕਾਰੋਬਾਰ ਬਣਾ ਛੱਡਿਆ ਸੀ। ਰਾਜਨੀਤੀ ਨੂੰ ਸੇਵਾ ਦੀਆਂ ਲੀਹਾਂ 'ਤੇ ਪਾਉਣ ਵਾਲੇ ਅਰਵਿੰਦ ਕੇਜਰੀਵਾਲ, ਰਾਜਨੀਤੀ ਨੂੰ ਲੋਕਾਂ ਦੀ ਸੇਵਾ ਕਰਾਉਣ ਵਾਲੇ, ਰਾਜਨੀਤੀ ਨੂੰ ਸਹੀ ਮਹੀਨੇ ਦੇ ਵਿੱਚ ਲੋਕਾਂ ਦੇ ਵਿੱਚ ਲਿਆਉਣ ਵਾਲੇ, ਨਹੀਂ ਤਾਂ ਚਿੱਟੇ ਕੁੜਤੇ ਪਜਾਮੇ ਵਾਲਿਆਂ ਨੂੰ ਲੋਕ ਦੂਰ ਹੀ ਰਹਿੰਦੇ ਸੀ। ਮੈਂ ਤਾਂ ਜੀ ਚਿੱਟਾ ਕੁੜਤੇ ਪਜਾਮਾ ਪਾਉਣਾ ਛੱਡਤਾ ਸੀ। ਉਹ ਕਹਿੰਦੇ ਸੀ ਵੀ ਇਹ ਜਿਹੜੇ ਚਿੱਟੇ ਕੁੜਤੇ ਪਜਾਮੇ ਵਾਲੇ, ਇਹਨਾਂ ਚੋਰੀਆਂ ਠੱਗੀਆਂ ਵਾਲਾ ਕੰਮ ਹੀ ਕਰਦੇ ਆ, ਕਦੇ ਪੁਲ ਖਾ ਜਾਂਦੇ, ਰੇਲ ਖਾ ਜਾਂਦੇ, ਗੇਲ ਖਾ ਜਾਂਦੇ ਆ। ਇਹ ਜਦੋਂ ਤੁਸੀਂ ਆਏ ਹੋ ਰਾਜਨੀਤੀ ਦੇ ਵਿੱਚ, ਅਰਵਿੰਦ ਕੇਜਰੀਵਾਲ ਜੀ ਆਏ ਆ, ਆਮ ਆਦਮੀ ਪਾਰਟੀ ਆਈ ਆ, ਉਦੋਂ ਦੇ ਇੱਜ਼ਤ ਨਾਲ ਵੇਖਣ ਲੱਗੇ ਵੀ ਨਹੀਂ, ਇਹਨਾਂ 'ਚ ਇਮਾਨਦਾਰ ਬੰਦੇ ਵੀ ਹੁੰਦੇ ਆ। ਔਰ ਬਿਲਕੁਲ ਸਹੀ ਕਿਹਾ, ਪੰਜਾਬ ਹਮੇਸ਼ਾ ਹਰੇਕ ਕ੍ਰਾਂਤੀ ਦੀ ਅਗਵਾਈ ਕਰਦਾ। ਮੈਨੂੰ ਤਾਂ ਐਂ ਲੱਗਦਾ ਇਹ ਜਿਹੜੀ ਜ਼ਿਆਦਾ ਕਿਹੜ ਕੱਢਣ ਲੱਗਿਆ ਨਾ ਮੋਦੀ ਸਾਹਿਬ, ਪ੍ਰਾਈਮ ਮਿਨਿਸਟਰ ਸਾਹਿਬ ਅਮਿਤ ਸ਼ਾਹ ਜੀ, ਇਹ ਉਦੋਂ ਦੀ ਕੱਢਣ ਲੱਗੇ ਆ ਜੀ ਜਦੋਂ ਤੁਹਾਡੀ ਸਲਾਹ ਦੇ ਨਾਲ ਆਪਣੇ ਮਾਣਯੋਗ ਦਿੱਲੀ ਦੇ ਸਾਡੇ ਸੁਪਰੀਮੋ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਮਿਤ ਸ਼ਾਹ ਨੂੰ ਜਵਾਬ ਦਿੱਤਾ ਸੀ ਕਿ ਮੈਂ ਨਹੀਂ ਸਾਡੇ ਕਿਸਾਨਾਂ ਨੂੰ ਸਟੇਡੀਅਮਾਂ ਨੂੰ ਜੇਲ੍ਹ ਬਣਾ ਕੇ ਉੱਥੇ ਡੱਕਣ ਦੇਣਾ, ਮੈਂ ਨਹੀਂ ਡੱਕਣ ਦੇਣਾ। ਬਾਈ ਜੀ, ਉਦੋਂ ਦੀ ਕੜ ਕੱਢਣ ਲੱਗੇ ਹੋਏ ਆ, ਉਦੋਂ ਬਾਅਦ ਸ਼ੁਰੂ ਹੋਇਆ ਸਾਰਾ ਕੁਝ, ਕਿਉਂਕਿ ਕਿਸਾਨਾਂ ਦੇ ਹੱਕ ਵਿੱਚ ਜਿਹੜਾ ਆਵਾਜ਼ ਉਠਾਉਂਦਾ ਉਹ ਸੱਚਾ ਦੇਸ਼ ਭਗਤ ਹੈ, ਔਰ ਜਿਹੜੇ ਕਿਸਾਨ ਹੈ ਉਹ ਖੁਦ ਸੱਚੇ ਦੇਸ਼ ਭਗਤ ਹੈ। ਇਹ ਆਜ਼ਾਦੀ ਕਿਸਾਨਾਂ ਦੇ ਬੱਚਿਆਂ ਨੇ ਕੁਰਬਾਨੀਆਂ ਲੈ ਕੇ ਦੇ ਕੇ ਦਿੱਤੀ, ਅੱਜ ਜੇ ਆਜ਼ਾਦੀ ਸੁਰੱਖਿਅਤ ਰਹਿੰਦੀ ਆ ਤਾਂ ਸਾਡੇ ਬੱਚੇ ਹਿੱਕਾਂ 'ਤੇ ਗੋਲੀਆਂ ਖਾਂਦੇ ਆ, ਰੋਜ਼ ਲਾਸ਼ ਆਉਂਦੀ ਹੈ, ਰੋਜ਼ ਲਾਸ਼ ਆਉਂਦੀ ਆ। ਔਰ ਮੈਂ ਤੁਹਾਡੇ ਬਾਰੇ ਧੰਨਵਾਦ ਕਰਨਾ ਚਾਹੁੰਦਾ ਇਸ ਗੱਲ ਤੋਂ, ਫੌਜੀਆਂ ਦੀ ਸ਼ਹਾਦਤਾਂ ਤੋਂ। ਮੈਂ ਇੱਕ ਏਅਰਪੋਰਟ 'ਤੇ ਬੈਠਾ ਸੀ ਜੀ, ਇੱਕ ਜਨਰਲ ਰੈਂਕ ਦਾ, ਜਨਰਲ ਤੋਂ ਇੱਕ ਰੈਂਕ ਛੋਟਾ ਹੁੰਦਾ ਜੀ, ਆਰਮੀ ਦਾ ਅਫਸਰ ਮੇਰੇ ਕੋਲ ਉੱਠ ਕੇ ਆਇਆ ਜਦੋਂ ਉਹਨੂੰ ਪਤਾ ਲੱਗਿਆ ਕਿ ਮੈਂ ਪੰਜਾਬ ਦਾ ਸਪੀਕਰ ਹਾਂ। ਉਹ ਮੈਨੂੰ ਆ ਕਹਿੰਦਾ ਆਪਣੇ ਮੁੱਖ ਮੰਤਰੀ ਸਾਹਿਬ ਕੋ ਵਧਾਈ ਦੇਣੀ ਔਰ ਆਰਮੀ, ਇੰਡੀਅਨ ਆਰਮੀ ਕੀ ਤਰਫ ਸੇ ਆਪ ਉਨਕੋ ਧੰਨਵਾਦ ਬੋਲੋ। ਮੈਂ ਕਿਹਾ ਜੀ ਐਡਾ ਕੀ ਕਰਤਾ। ਕਹਿੰਦੇ ਜੀ ਜਿਹੜੀ ਸ਼ਹਾਦਤ ਦਾ ਤੁਸੀਂ ਇੱਜ਼ਤ ਬਖਸ਼ੀ, ਸ਼ਹਾਦਤ ਦਾ ਮੁੱਲ ਕੋਈ ਨਹੀਂ ਹੁੰਦਾ, ਜਿਹੜੀ ਸ਼ਹੀਦ ਦੇ ਪਰਿਵਾਰਾਂ ਨੂੰ, ਕਹਿੰਦੇ ਪਹਿਲਾਂ ਤਾਂ ਸਿਲਾਈ ਮਸ਼ੀਨ ਦੇ ਕੇ ਸਾਰ ਦਿੰਦੇ ਸੀ, ਜਿਹੜੀ ਇੱਜ਼ਤ ਤੁਸੀਂ ਬਖਸ਼ੀ ਆ ਉਹ ਕਿਸੇ ਹੋਰ ਸਟੇਟ ਨੇ ਨਹੀਂ ਬਖਸ਼ੀ, ਇਹ ਮਾਣਯੋਗ ਮੁੱਖ ਮੰਤਰੀ ਸਾਹਿਬ ਦੀ ਇਹ ਤੁਹਾਨੂੰ ਜਾਂਦੀ ਹੈ, ਬਹੁਤ ਵੱਡੀ ਗੱਲ ਕੀਤੀ ਆ। ਔਰ ਕਹਿੰਦੇ ਅਸੀਂ ਦੂਜੀਆਂ ਸੀਟਾਂ ਦੇ ਮੁੱਖ ਮੰਤਰੀ ਨੂੰ ਕਹਿੰਦੇ ਵੀ ਤੁਸੀਂ ਵੀ ਕਰ ਦਿਓ, ਤੁਹਾਡੇ ਤਾਂ ਉਹਨੇ ਸ਼ਹੀਦ ਵੀ ਨਹੀਂ ਹੁੰਦੇ, ਸ਼ਹੀਦ ਤਾਂ ਪੰਜਾਬੀਆਂ ਦੇ ਹੀ ਹੁੰਦੇ ਜ਼ਿਆਦੇ, ਸੋ ਤੁਸੀਂ ਕਰ ਦਿਓ। ਪਤਾ ਨਹੀਂ ਉਹ ਕਦੋਂ ਕਰਨਗੇ, ਮੈਨੂੰ ਲੱਗਦਾ ਜਦੋਂ ਇਨਕਲਾਬ ਦਾ ਝੰਡਾ ਬੁਲੰਦ ਹੋ ਕੇ ਸਾਰੇ ਹਿੰਦੁਸਤਾਨ 'ਚ ਫਿਰ ਗਿਆ ਉਦੋਂ ਤੁਸੀਂ ਕਰੋਗੇ।